ਚੋਰਾਂ ਦੇ ਹੌਸਲੇ ਕਿੰਨੇ ਜ਼ਿਆਦਾ ਬੁਲੰਦ ਨੇ ਇਸ ਦਾ ਅੰਦਾਜ਼ਾ ਤੁਸੀਂ ਇਹ ਤਸਵੀਰਾਂ ਵੇਖ ਕੇ ਸਹਿਜ ਹੀ ਲਗਾ ਸਕਦੇ ਹੋ ਕਿ ਕਿਵੇਂ ਚਿੱਟੇ ਦਿਨ ਇੱਕ ਮੁੰਡਾ ਦੁਕਾਨ 'ਚ ਦਾਖਲ ਹੋ ਕੇ ਗੱਲ 'ਚ ਪਈ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਤਸਵੀਰਾਂ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਦੀਆਂ ਨੇ ਜਿੱਥੇ ਕਿ ਇੱਕ ਮੈਡੀਕਲ ਸਟੋਰ ਦੀ ਦੁਕਾਨ 'ਤੇ ਇੱਕ ਮੁੰਡਾ ਆਉਂਦਾ ਅਤੇ ਉਸ ਵੱਲੋਂ ਕਿਸੇ ਤਰ੍ਹਾਂ ਨਾਲ ਦੁਕਾਨ ਦਾ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਦੁਕਾਨ ਦੇ ਗੱਲ 'ਚ ਪਈ ਨਕਦੀ ਚੋਰੀ ਕਰਕੇ ਸਕਿੰਟਾਂ ਵਿੱਚ ਹੀ ਫਰਾਰ ਹੋ ਜਾਂਦਾ ਹੈ। ਘਟਨਾ ਤੋਂ ਬਾਅਦ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਇਸ ਦੀ ਸ਼ਿਕਾਇਤ ਗੜ੍ਹਦੀਵਾਲਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਮੰਗ ਕੀਤੀ ਹੈ ਕਿ ਪੁਲਿਸ ਜਲਦ ਤੋਂ ਜਲਦ ਇਸ ਚੋਰ ਨੂੰ ਕਾਬੂ ਕਰਕੇ ਉਸ 'ਤੇ ਪੈਸੇ ਵਾਪਸ ਕਰਵਾਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਦੁਕਾਨਦਾਰ ਵਰਿੰਦਰ ਨਾਥ ਤ੍ਰਿਵੇਦੀ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਦੁਪਹਿਰ ਕਰੀਬ 12:30 ਵਜੇ ਦੁਕਾਨ ਦੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਬਾਥਰੂਮ ਕਰਨ ਲਈ ਗਿਆ ਸੀ ਅਤੇ ਇਸ ਦੌਰਾਨ ਇੱਕ ਨੌਜਵਾਨ ਦੁਕਾਨ 'ਤੇ ਆਉਂਦਾ ਅਤੇ ਕਿਸੇ ਤਰੀਕੇ ਨਾਲ ਦਰਵਾਜ਼ਾ ਖੋਲ੍ਹ ਕੇ ਗੱਲ 'ਚ ਪਈ ਨਕਦੀ ਚੁੱਕ ਕੇ ਫਰਾਰ ਹੋ ਜਾਂਦਾ ਅਤੇ ਉਸਨੂੰ ਚੋਰੀ ਬਾਰੇ ਉਸ ਵਕਤ ਪਤਾ ਲੱਗਦਾ ਜਦੋਂ ਦਵਾਈਆਂ ਦੀ ਪੇਮੈਂਟ ਕਰਨ ਲਈ ਉਹ ਗੱਲੇ 'ਚ ਹੱਥ ਮਾਰਦਾ ਤਾਂ ਉੱਥੇ ਪੈਸੇ ਹੁੰਦੇ ਨਹੀਂ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਸ ਵੱਲੋਂ CCTV ਕੈਮਰੇ ਚੈੱਕ ਕੀਤੇ ਗਏ ਤਾਂ ਵੇਖਿਆ ਕਿ ਇੱਕ ਮੁੰਡਾ ਦੁਕਾਨ 'ਚ ਆ ਕੇ ਪੈਸੇ ਚੋਰੀ ਕਰਕੇ ਫਰਾਰ ਹੋ ਜਾਂਦਾ। ਦੁਕਾਨਦਾਰ ਦਾ ਕਹਿਣਾ ਕਿ ਗੱਲੇ 'ਚ 50,000 ਰੁਪਏ ਦੀ ਨਕਦੀ ਸੀ ਜੋ ਕਿ ਦਵਾਈਆਂ ਦੀ ਪੇਮੈਂਟ ਲਈ ਉਸ ਵੱਲੋਂ ਰੱਖੀ ਹੋਈ ਸੀ। ਪੀੜਿਤ ਦੁਕਾਨਦਾਰ ਨੇ ਗੜ੍ਹਦੀਵਾਲਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਕਤ ਚੋਰ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਸ 'ਤੇ ਪੈਸੇ ਵਾਪਸ ਕਰਵਾਏ ਜਾਣ ਅਤੇ ਚੋਰ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਕੀ ਘਟਨਾ ਹੋਈ ਜੀ ਆਪਣੇ ਨਾਲ ਅੱਜ? ਮੈਂ ਦੁਕਾਨ ਤੋਂ 12:25 ਤੋਂ ਬਾਥਰੂਮ ਗਿਆ ਅਤੇ ਬਾਥਰੂਮ ਕਰਕੇ ਜਦ ਵਾਪਸ ਆਇਆ ਤਾਂ ਚੇਅਰ 'ਤੇ ਬੈਠਾ ਹੱਥ ਧੋ ਕੇ। ਉਹ ਤੋਂ ਬਾਅਦ ਡੀਲਰ ਆਏ ਪੈਸੇ ਲੈਣ ਵਾਸਤੇ। ਅੱਛਾ। ਇਸ ਲਈ ਮੈਂ ਆਪਣਾ ਗੱਲਾ ਦੇਖਿਆ ਤਾਂ ਮੇਰਾ ਗੱਲਾ ਖਾਲੀ ਬਿਲਕੁਲ ਖਾਲੀ ਸੀਗਾ ਅਤੇ ਕੁਛ 60 ਰੁਪਏ ਥੱਲੇ ਡਿੱਗੇ ਹੋਏ ਸੀਗੇ, ਜਦਕਿ ਅੱਜ ਤੱਕ ਮੇਰੇ ਪੈਸੇ ਕਦੀ ਥੱਲੇ ਨਹੀਂ ਡਿੱਗੇ ਸੰਭਾਲ ਦੇ ਅਨੁਸਾਰ। ਠੀਕ ਹੈ। ਉਹ ਤੋਂ ਬਾਅਦ ਮੈਂ ਚੰਬੇ 'ਚ ਪੈ ਕੇ ਪੈਸੇ ਕਿੱਥੇ, ਮੈਂ ਕਾਕੇ ਨੂੰ ਫੋਨ ਕੀਤਾ, ਇਹ ਕਹਿੰਦਾ ਮੈਂ ਲਿਆ ਆ, ਵਾਈਫ ਨੂੰ ਫੋਨ ਕੀਤਾ ਕਹਿੰਦੀ ਉਹ ਲੈ ਗਏ ਆ। ਠੀਕ। ਫਿਰ ਉਹ ਤੋਂ ਬਾਅਦ ਮੈਂ ਇਹਨੇ ਆਪਣੇ ਦੋਸਤ ਨੂੰ ਫੋਨ ਕੀਤਾ, ਅਸੀਂ ਕੈਮਰਾ ਖੰਗਾਲਿਆ, ਉਹਦੇ ਵਿੱਚ ਇੱਕ ਨੀਲੀ ਜੈਕਟ ਵਾਲਾ ਹੁੱਡ ਵਾਲੀ ਉਹਨੇ ਪਾਈ ਹੋਈ ਸੀ, ਉਹ ਰੰਗੇ ਹੱਥੀ ਪੈਸੇ ਕੱਢਦਾ ਫੜਿਆ ਗਿਆ। ਪਰ ਕਿਉਂਕਿ ਬਹੁਤ ਲੋਕ ਆਉਂਦੇ ਆ, ਇਹਨਾਂ ਦੀ ਸਾਨੂੰ ਇਹ ਨਹੀਂ ਪਤਾ ਵੀ ਬੱਚੇ ਕੌਣ ਸੀ ਕੌਣ ਨਹੀਂ। ਕੁਛ ਪਹਿਲਾਂ ਦੇਖਿਆ ਤੁਸੀਂ ਇੱਦਾਂ ਦਾ ਬੰਦਾ ਜੀ ਕਿਤੇ? ਮੈਂ ਕਦੀ ਇਹ ਨਹੀਂ, ਇਸ ਡਰੈਸ 'ਚ ਨਹੀਂ, ਅੱਗੇ ਦੇਖਿਆ ਹੋਊਗਾ ਤਾਂ ਮੈਨੂੰ ਇੰਟੈਂਸ਼ਨਲੀ ਮੈਨੂੰ ਕੋਈ ਯਾਦ ਨਹੀਂ ਇਹਦੇ ਬਾਰੇ। ਠੀਕ ਹੈ। ਹੋਣਾ ਕੋਈ ਭੇਤੀ ਆ ਜਿਹੜਾ ਕੋਈ ਆਉਂਦਾ ਡੇਲੀ ਦੇਖਦਾ ਜਿਹਨੇ ਦੇਖਿਆ। ਤੁਹਾਡੀ ਕੋਈ ਫਿਕਸ ਟਾਈਮਿੰਗ ਵੀ ਆ ਵੀ ਇੰਨੇ ਕੁ ਵਜੇ ਤੁਸੀਂ ਬਾਥਰੂਮ ਜਾਂਦੇ ਜਾਂ ਫਿਰ ਜਾਂਦੇ ਜਾਂ ਕਿਤੇ ਕੰਮ ਜਾਂਦੇ ਆ? ਇੰਨੇ ਨਹੀਂ, ਮੈਨੂੰ ਥੋੜ੍ਹੀ ਜਿਹੀ ਕਈ ਵਾਰ ਬਾਥਰੂਮ ਉਹ ਜ਼ਿਆਦਾ ਆਉਣ ਦੀ ਪ੍ਰੋਬਲਮ ਆਉਂਦੀ, ਫਿਰ ਜੇ ਲਿਆਉਂਦਾ ਮੈਂ ਉਸ 'ਚ ਚਲੇ ਜਾਂਦਾ, ਇੱਦਾਂ ਫਿਕਸ ਟਾਈਮ ਕੋਈ ਨਹੀਂ ਹੈਗਾ। ਠੀਕ ਹੈ। ਆਪਣੀ ਕਿੰਨੀ ਪੇਮੈਂਟ ਚੋਰੀ ਹੋਈ ਜੀ ਆਪਣੀ? ਲਗਭਗ 50,000 ਤੋਂ ਉੱਪਰ ਸੀਗੇ ਪੈਸੇ, ਕਿਉਂਕਿ ਅੱਜ ਡੀਲਰ ਆਉਣੇ ਸੀ, ਉਹਨਾਂ ਨੂੰ ਪੈਸੇ ਦੇਣੇ ਸੀ, 2-3 ਹਫ਼ਤਿਆਂ ਦੀ ਪੇਮੈਂਟ ਰੁਕੀ ਸੀਗੀ, ਅਸੀਂ ਦਿੱਤੇ ਨਹੀਂ ਸੀਗੇ ਅਤੇ ਅੱਜ ਪੈਸੇ ਦੇਣੇ ਸੀ, ਇਸ ਕਰਕੇ ਪੈਸੇ ਲਿਆਉਂਦੇ ਸੀਗੇ।